ਸਤਨਾਮ ਸਿੰਘ ਔਰ ਕੱਲ ਮੈਂ 6 ਬੰਦਾ ਲੈ ਕੇ ਗਿਆ ਉਹ ਤਾਂ ਖਰੀਦ ਕੇ ਲੈ ਕੇ ਗਿਆ ਕੋਈ ਠੀਕ ਹੈ 100 ਰੁਪਏ ਖਰੀਦ ਕੇ ਲੈ ਕੇ ਗਿਆ 100 ਰੁਪਏ ਖਰੀਦ ਕੇ ਲੈ ਕੇ ਗਿਆ ਕਹਿ ਰਿਹਾ ਕਹਿ ਰਿਹਾ ਮੈਂ ਇੱਥੋਂ ਲੈ ਕੇ ਗਿਆ ਉੱਥੇ ਕਿਹੜੀ ਸੀ ਤੁਸੀਂ ਦੱਸੋ ਤੁਸੀਂ ਖਰੀਦ ਕੇ ਖਰੀਦ ਨਾ ਇਹ 1.5 ਸਾਲ ਬਾਅਦ ਪੁਰਾਣੀ ਗੱਲ ਕਰੀ ਜਾਂਦਾ ਸੁਣੋ ਸ਼ੋਰੂਮ ਦੀ ਗੱਲ ਕਰ ਉੱਥੇ ਉੱਥੇ ਕਿੰਨਾ ਦਿੱਤਾ ਸੀ ਸੁਣੋ 12 ਲੱਖ ਹੋ ਗਿਆ ਇਹਨੇ ਕਿੰਨਾ ਦਿੱਤਾ ਸੀ ਪੁੱਛੋ ਪਹਿਲੀ ਗੱਲ 12 ਲੱਖ ਦਾ ਮੈਂ ਰਿਕਾਰਡ ਵਿਦ ਰਿਕਾਰਡ ਤੁਹਾਨੂੰ ਦੱਸਦਾ ਤੁਸੀਂ ਆਏ ਹੋ ਜਿਹੜੇ ਬੰਦੇ ਨਾਲ ਸੁਣ ਲਓ ਧਿਆਨ ਨਾਲ 12 ਲੱਖ ਦਾ ਵਿਦ ਰਿਕਾਰਡ ਦੱਸਦਾ ਹੁਣ ਆ ਜਾਓ ਅੱਗੇ ਹੈਗਾ 10 ਜਣੇ ਬਾਕੀ ਜਿਹੜੇ ਪੀੜਤਾ ਆਉਂਦੇ ਆ ਹੋਰ ਫੋਨ ਕੀਤੇ ਆ ਨੇੜੇ ਨੇੜੇ ਜਿਹੜਾ ਜਿੰਨਾਂ ਦਾ 10 10 15 15 ਲੱਖ ਰੁਪਇਆ ਦੇਣਾ ਸਾਰਿਆਂ ਨੂੰ ਫੋਨ ਕੀਤਾ ਗਿਆ ਆਉਂਦੇ ਆ ਮੈਂ ਇੱਥੇ ਲੋਕਲ ਕਰਕੇ ਖੜ ਗਿਆ ਇੱਕ ਇੱਕ ਬੰਦੇ ਦਾ ਵਿਦ ਰਿਕਾਰਡ ਆ ਮੇਰੇ ਕੋਲ ਠੀਕ ਆ ਠੀਕ ਆ ਹਾਂ ਇੱਕ ਇੱਕ ਬੰਦੇ ਦਾ ਕੋਈ ਨਹੀਂ ਧਰਨਾ ਲਾਉਣਾ ਪਿਆ ਸਾਰੀ ਰਾਤ ਲਾਵਾਂਗੇ ਠੀਕ ਹੈ ਕੋਈ ਦਿੱਕਤ ਨਹੀਂ ਆਪਾਂ ਨੂੰ ਜੇ ਕੋਈ ਊਂ ਹਿਸਾਬ ਕਿਤਾਬ ਆਉਂਦੀ ਹੈ ਗੱਲ ਤਾਂ ਵਧੀਆ ਇੱਥੇ ਆਉਂਦਾ ਹੀ ਨਹੀਂ ਕੋਈ ਐਡਰੈਸ ਦੱਸੇ ਆਉਣ ਕੈਮਰਾ ਐਡਰੈਸ ਪੁੱਛੋ ਕਿੱਥੇ ਰਹਿੰਦਾ ਕਿੱਥੇ ਰਹਿੰਦੇ ਸਰ ਮੇਰੇ ਮੈਂ ਲੁਧਿਆਣਾ ਹਾਂਜੀ ਕਿੱਥੇ ਕਿੱਥੇ ਦੱਸੋ ਮੇਰੇ ਕੋਲ ਇੱਕ ਇੱਕ ਦੀ ਮੇਰੀ ਗੱਲ ਸੁਣੋ ਆਧਾਰ ਕਾਰਡ ਕੱਢੋ ਜੇਬ ਚੋਂ ਦਿਖਾਓ ਐਡਰੈਸ ਦਿਖਾਓ ਮੇਰਾ ਦੇਖਣਾ ਮੇਰਾ ਦੇਖੋ ਗੱਲ ਸੁਣੋ ਆਧਾਰ ਕਾਰਡ ਪਰਸਨਲ ਲੱਗ ਹੁੰਦਾ ਦਫ਼ਤਰ ਲੱਗ ਹੁੰਦਾ ਸੁਣੋ ਆਧਾਰ ਕਾਰਡ ਦਿਖਾਓ ਕੈਮਰੇ ਤੇ ਇੱਕ ਇੱਕ ਗੱਲ ਸੁਣੋ ਹਾਂਜੀ ਸਰ ਮੈਂ ਕੈਮਰੇ ਉੱਤੇ ਇੱਕ ਇੱਕ ਚੀਜ਼ ਦਾ ਜਵਾਬ ਦੇਵਾਂਗਾ ਇੱਕ ਇੱਕ ਮੇਰੀ ਗੱਲ ਸੁਣੋ ਅਸੀਂ ਪ੍ਰੈਸ ਕਰੋ ਨੇ ਸਾਰਾ ਕੁਝ ਰੱਖਿਆ ਮੈਂ ਤੁਸੀਂ ਰੱਖਿਆ ਮੈਂ ਤੁਹਾਨੂੰ ਹਰ ਚੀਜ਼ ਦਾ ਜਵਾਬ ਦਿੰਦਾ ਕੱਲੀ ਕੱਲੀ ਇੱਕ ਇੱਕ ਚੀਜ਼ ਦਾ ਜਵਾਬ ਤੁਹਾਨੂੰ ਮਿਲੂਗਾ ਕੋਰਟ ਦੀ ਕਾਰਵਾਈ ਚ ਮੈਨੂੰ ਕਹਿੰਦੇ ਐਡਰੈਸ ਦੱਸੇ ਬੰਦੇ ਦਾ ਕੀ ਹੈ ਕਰਨਵੀਰ ਸਿੰਘ ਬਈ ਜਨਵਰੀ 2023 ਚ ਇੱਕ ਜਨਵਰੀ 2023 ਨੂੰ ਬਠਿੰਡੇ ਪਾਰਕ ਦੇ ਸਾਹਮਣੇ ਕਿਸਾਨ ਹੱਟ ਕੀਤਾ ਸੀਗਾ ਬਠਿੰਡੇ ਹਾਂਜੀ 12 ਲੱਖ ਰੁਪਇਆ ਇਹ ਬੰਦੇ ਨੂੰ ਦਿੱਤਾ ਸੀਗਾ ਕਿਸਾਨ ਹੱਟ ਕਰਨ ਲਈ ਇਹਨੇ ਕਿਹਾ ਸੀ ਵੀ ਤੁਹਾਡੇ ਸ਼ੋਰੂਮ ਦਾ ਰੈਂਟ ਅਸੀਂ ਭਰਾਂਗੇ ਵਰਕਰਾਂ ਨੂੰ ਤਨਖਾਹ ਦੇਵਾਂਗੇ ਇਲੈਕਟ੍ਰੀਸਿਟੀ ਬਿੱਲ ਭਰਾਂਗੇ 1 ਲੱਖ ਰੁਪਈਏ ਦੇ ਨੇੜੇ ਤੇੜੇ ਖਰਚਾ ਸੀਗਾ ਸ਼ੋਰੂਮ ਦਾ ਪਰ 2 ਮਹੀਨੇ ਬੰਦਾ ਉੱਥੇ ਗੇੜੇ ਦੇ ਕੇ ਯੂਟਿਊਬਰਾਂ ਨੂੰ ਲਿਆ ਕੇ ਵੀਡੀਓ ਬਣਾ ਕੇ ਵੀ ਆਪਦੀ ਬੱਲੇ ਬੱਲੇ ਕਰਕੇ ਉਦੋਂ ਬਾਅਦ ਬਾਤ ਨਹੀਂ ਪੁੱਛੀ ਉਹਨਾਂ ਦਾ ਕੋਈ ਕਸੂਰ ਨਹੀਂ ਬਾਈ ਜੀ ਉਹਨਾਂ ਦਾ ਕੀ ਕਸੂਰ ਆ ਬਾਈ ਉਹਦਾ ਮੇਰੇ ਵਰਗਾ ਬੰਦਾ ਹੈਗਾ ਜਿਹਨੇ ਪੈਸੇ ਲਾ ਕੇ ਬਿਜ਼ਨਸ ਕੀਤਾ ਇਸ ਚੀਜ਼ ਦੀ ਬਦਨਾਮੀ ਨਹੀਂ ਅਸੀਂ ਕਰਦੇ ਅਸੀਂ ਆਹ ਮਖੌਟੇ ਦੀ ਬਦਨਾਮੀ ਕਰਦੇ ਹਾਂ ਜਿਹੜਾ ਠੱਗੀਆਂ ਮਾਰਦਾ ਮੇਰੇ ਕੋਲੇ ਦੇਖੋ ਲਿਸਟਾਂ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਇੰਨੇ ਲੋਕਾਂ ਦੇ ਵਿੱਚ ਖੜਾ ਸੁਣੋ ਮੈਂ ਤੁਹਾਨੂੰ ਇੱਕ ਗੱਲ ਸਾਰਿਆਂ ਨੂੰ ਕਹਿੰਦਾ ਬਈ ਮੇਰੇ ਕੋਲ ਰਿਕਾਰਡ ਹੈ ਠੀਕ ਹੈ ਮੇਰੇ ਕੋਲ ਰਿਕਾਰਡ ਹੈ ਜੇਕਰ ਮੈਂ ਕਿਸੇ ਗੱਲ 'ਚ ਪਿੱਛੇ ਹਟਿਆ ਜਾਂ ਮੈਂ ਮਤਲਬ ਕਿਸੇ ਗੱਲ ਦੇ ਵਿੱਚ ਗਲਤ ਹੋਇਆ ਤਾਂ ਤੁਹਾਡੇ ਸਾਰਿਆਂ ਕੋਲੋਂ ਮਾਫ਼ੀ ਮੰਗੂੰਗਾ ਪਹਿਲੀ ਗੱਲ ਠੀਕ ਹੈ ਠੀਕ ਹੈ ਕਿਸੇ ਦੇ ਖਿਲਾਫ਼ ਨਾਰੇ ਲਾ ਕੇ ਲੋਕਾਂ ਨੂੰ ਭੜਕਾ ਕੇ ਇਕੱਠਾ ਕਰਕੇ ਮਤਲਬ ਤੁਸੀਂ ਬਿਜ਼ਨਸਮੈਨ ਜਿਹੜਾ ਹੁੰਦਾ ਨਾ ਬਿਜ਼ਨਸਮੈਨ ਕਹਿੰਦੇ ਹੁੰਦੇ ਪੰਜਾਬੀ ਦੀ ਕਹਾਵਤ ਆ ਲੱਜਮ ਰਹਿੰਦਾ ਅੰਦਰ ਵੜਿਆ ਅਤੇ ਮੂਰਖ ਆਖੇ ਮੈਂ ਤੁਹਾਡੇ ਰਿਹਾ ਮੈਂ ਵਰਡ ਬੋਲ ਰਿਹਾ ਠੀਕ ਹੈ ਤੁਸੀਂ ਕਹਿੰਦੇ ਮੈਂ ਲੱਖੇ ਸਿਧਾਨ ਦਾ ਨਹੀਂ
ਅੱਜ ਦੇਖੋ ਕੁਦਰਤੀ ਗੱਲ ਆ, ਤੁਸੀਂ ਆਏ ਹੋ, ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਾ ਵੇਤਨ ਤੋੜ ਦਿੰਦਾ, ਠੀਕ ਆ ਸਰ? ਕੋਈ ਗੱਲ ਨਹੀਂ, ਕੋਈ ਨਹੀਂ, ਕੋਈ ਲੱਖੇ ਦਾ ਨਾ ਤੁਸੀਂ ਲਓ, ਕੋਈ ਲੱਖੇ ਦਾ ਜੇ ਥੋੜਾ ਗੱਲ ਨਹੀਂ, ਕੋਈ ਕੋਈ ਲੱਖੇ ਦਾ ਨਹੀਂ, ਕੋਈ ਇੱਕਦਮ ਸਿੱਧੀ ਗੱਲ ਕਰੋ, ਐਵੇਂ ਬਿੱਲ ਵੱਲ ਨਾ ਪਾਓ ਗੱਲ, ਜੇ ਲੱਖੇ ਦਾ ਨਾ ਲਿਆ ਨਹੀਂ, ਤੁਸੀਂ ਗੱਲ ਕਰੀਆ ਕਰੋ ਸਰ, ਜੇ ਤੂੰ ਦੇਣਾ ਦਿਓ, ਜੇ ਕੋਈ ਲੈਣਾ ਲਓ। ਵੀਰ ਜੀ ਸੁਣੋ ਗੱਲ, ਮੇਰੀ ਸੁਣਤਾ ਲਓ ਯਾਰ, ਇਹ ਨਹੀਂ ਹੁੰਦਾ ਉਹ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸੁਣੋ ਧਿਆਨ ਨਾਲ। ਕਹਿੰਦੇ ਇੱਕ ਵਾਰੀ ਨਾ ਗੋਸ਼ਟੀ ਹੋਣ ਲੱਗੀ, ਸੁਣ ਕਹਾਵਤਾਂ ਨਹੀਂ ਪਾਉਣੀਆਂ, ਗੱਲਾਂ ਕਹਾਵਤਾਂ ਨਹੀਂ, ਸੁਣੋ ਗੱਲ ਦਾ ਜਵਾਬ ਦਿੱਤਾ ਤੰਨੇ ਦਰਬਾਨੀ ਨੇ, ਦੇ ਕੇ ਤਰਕ ਇਹ ਆਈ ਤਾਂ ਬੰਦੇ ਹੋ ਜਾਂਦੇ ਨੇ, ਤਾਂ ਤਰਕ ਦਿੱਤੇ ਤਾਂ ਜਵਾਬ ਹੀ ਦੇ ਰਿਹਾ। ਸੁਣੋ ਤੁਸੀਂ ਮੈਨੂੰ ਇੱਕ ਗੱਲ ਸੁਣੋ, ਸੁਣੋ ਸੁਣੋ ਗੱਲ, ਹਾਂ ਇਹਦੇ ਵਿੱਚ ਕੀ ਲਿਖਿਆ? ਰੋਕ ਲਿਆ ਜੀ, ਰੋਕ ਲਿਆ, ਲਿਖਿਆ ਦੇ ਵਿੱਚ ਪਤਾ ਕੀ ਆ? ਆਹ ਵੇਖੋ, ਆਹ ਕਰਨਵੀਰ ਸਿੰਘ, ਆਹ ਵੇਖੋ ਜੀ, ਆਹ ਫੋਟੋ, ਆਹ ਕਰਨਵੀਰ ਦੀ ਵਿੱਚ ਆਈ ਨਹੀਂ, ਆਹ ਕਰਨਵੀਰ ਦੀ ਵਿੱਚ ਫੋਟੋ ਆਈ ਨਹੀਂ, ਮੈਂ ਤੁਹਾਨੂੰ ਕਰਨਵੀਰ ਦਾ ਮੈਸੇਜ ਵਿਖਾਉਣਾ, ਇਸੇ ਬੰਦੇ ਦਾ ਰੁਕੋ। ਇਹ ਕੁਦਰਤੀ ਬਹੁਤ ਵਧੀਆ ਹੋਇਆ, ਜਦੋਂ ਨਾ ਕਹਿੰਦੇ ਇਹ ਆਹ ਦੇਖੋ, ਇਹ ਇੱਧਰ ਨਾਲ ਇੱਧਰ ਵੀ ਲਾ ਦਿਓ ਨਾਲ, ਇਹ ਆਹ ਵੇਖੋ ਜੀ, ਆਹ ਫੋਟੋ ਕਿਹੜੇ ਬੰਦੇ ਦੀ ਹੈ ਜੀ? ਆਹ ਵੇਖੋ, ਬੁਲਾਓ ਸਾਰਿਆਂ ਨੂੰ, ਆਹ ਕੀ ਨਾਂ ਜੀ? ਬੋਲੋ, ਕਰਨਵੀਰ ਸਿੰਘ, ਬੋਲੋ ਪੱਤਰਕਾਰ ਸਾਹਿਬ, ਕਰਨਵੀਰ ਸਿੰਘ, ਕਰਨਵੀਰ ਸਿੰਘ ਕੀ ਲਿਖਿਆ ਜੀ? ਆਹ ਥੱਲੇ ਪੜ੍ਹ ਕੇ ਵਿਖਾਓ ਪੱਤਰਕਾਰ ਸਾਹਿਬ ਕੀ ਲਿਖਿਆ ਇਹਨੇ। ਖਾਲਸਾ ਜੀ, ਟੋਟਲ ਸਮਾਨ ਸਾਡੇ ਕੋਲ ਅਜੇ ਤੱਕ 9 ਲੱਖ ਤੋਂ ਥੱਲੇ ਦਾ, ਜਿਵੇਂ ਕਿ ਅਸੀਂ 16 ਲੱਖ ਦੇ ਕਰੀਬ ਕਿਹਾ ਗਿਆ ਸੀ। ਹੁਣ ਇਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਤਰ੍ਹਾਂ ਇਸ ਵਾਰ ਰਾਸ਼ਨ ਦੇਣਾ ਹੈ ਅਤੇ ਤਨਖਾਹ ਕਦੋਂ ਮਿਲਣੀ ਹੈ। ਇਹ ਤੁਹਾਡਾ ਹੀ ਆ ਭਾਈ, ਦੇਖੋ ਆ ਮੈਸੇਜ ਤੁਹਾਡਾ ਹੀ ਆ, ਲੋੜ ਹੀ ਦੱਸਣ ਦੀ ਮੇਰੀ ਆ ਜੀ, ਕੀ ਚੱਕਰ ਹੈ ਜੀ? ਕਿੰਨੇ ਲੱਖ ਲਿਖਿਆ? ਨਹੀਂ ਨਹੀਂ ਸੁਣੋ, ਕੋਈ ਨਹੀਂ ਕਰੋ ਗੱਲ, ਕਿੰਨੇ ਲੱਖ ਲਿਖਿਆ ਜੀ? ਕੋਈ ਗੱਲ, 9 ਲੱਖ ਲਿਖਿਆ ਜੀ? ਇਹ ਜਿਹੜੇ ਰੈਕ ਲਾਏ ਸੀ, ਪੁੱਛਣ ਤੋਂ ਰੈਕ ਲਾਏ, ਉਹ ਕਿਹਨੇ ਲਾਏ ਸੀ ਜਵਾਬ ਦਿੰਦਾ, ਰੈਕ ਕਿਹਦੇ ਸੀ ਭਾਈ? ਰੈਕ ਇਹਨਾਂ ਨੇ ਭੇਜੇ ਸੀ, ਰੈਕ ਪੁੱਛ ਮੈਂ ਲੈ ਕੇ ਆਇਆ ਸੀ ਗੋਨਿਆਂ ਨੇ ਜਾ ਕੇ 65,000 ਰੁਪਏ ਦੇ। ਮੇਰੀ ਗੱਲ ਸੁਣੋ, ਉਹ ਪੈਸੇ ਮੇਰੇ ਖਾਤੇ ਵਿੱਚ ਪਏ, ਇਸ ਤਰ੍ਹਾਂ ਹਿਸਾਬ ਕਿਤਾਬ ਦਾ ਮਸਲਾ ਹੀ ਨਹੀਂ, ਗੱਲ ਕਰਦਾ ਨਹੀਂ ਵੇ, ਤਮਾਮ ਵੀ ਤੁਸੀਂ ਖਰੇ ਉਤਰੇ ਹੋ, ਮੈਂ ਤੁਸੀਂ ਦੱਸੋ ਖਰੇ ਵਾਲੀ ਗੱਲ, ਮੈਂ ਤੇਰਾ ਹਿਸਾਬ ਮੇਰੀ ਦੱਸੋ। ਕੱਲ ਇਹ ਇੱਥੇ ਆਇਆ ਸੀਗਾ ਜੀ, ਸਾਨੂੰ ਪਤਾ ਲੱਗ ਗਿਆ ਬੀਬੀ ਵਾਲਾ ਚੌਂਕ 'ਚ, ਅਸੀਂ ਇਕੱਠੇ ਹੋ ਗਏ ਜੀ, ਗੱਡੀ ਮੂਹਰੇ ਗੱਡੀ ਲਾ ਕੇ ਰੋਕ ਲਈ ਜੀ, ਆਉਣ ਕੈਮਰਾ ਸੀ, ਸਾਰੀ ਗੱਲਬਾਤ ਸ਼ੁਰੂ ਕਰ ਲਈ ਜੀ, ਪੱਤਰਕਾਰ ਵੀ ਸੀਗੇ ਮੌਕੇ 'ਤੇ, ਉਹਨਾਂ ਨੇ ਗੱਲਬਾਤ ਕੀਤੀ ਹੈ, ਜਿੰਨੀ ਗੱਲਬਾਤ ਹੋਈ ਚਲੋ ਪਤਾ ਲੱਗਿਆ, ਬਾਅਦ 'ਚ ਅਸੀਂ ਇੱਥੇ ਸੂਚਿਤ ਕੀਤਾ ਜੀ, ਥਾਣੇ ਜਾ ਕੇ ਇੱਥੇ ਲੈ ਆਏ, ਇੱਥੋਂ ਫਿਰ ਜਿਹੜੀ ਕੋਈ ਬਣਦੀ ਕਾਰਵਾਈ ਇਹਨਾਂ ਨੇ ਕਰਤੀ ਜੀ, ਕਈ ਕੇਸਾਂ 'ਚ ਭਗੌੜਾ ਜੀ ਪੀ ਓ ਸੀਗਾ, ਚੰਡੀਗੜ੍ਹ ਪੁਲਿਸ ਨੂੰ ਲੈ ਕੇ ਗਈ ਹੈ ਜੀ।